ਵੈਸੇ ਅੱਜ ਮਾਊਂਟ ਟੌਪ ਤੇ ਇੱਥੇ ਨਾ ਗੋਰੇ ਆ ਸਕੀਇੰਗ ਕਰਨ ਆਉਂਦੇ ਨੇ। ਮੈਂ ਘਰੇ ਵੀਡੀਓ ਕਾਲ ਲਾ ਕੇ ਦਿਖਾਉਣ ਲੱਗਾ, ਮੈਂ ਚੱਲ ਮਾਹੌਲ ਜਿਹਾ ਬਣਿਆ, ਮੈਂ ਜੇ ਘੁੰਮਿਆ। ਸਾਡੇ ਵਾਲਾ ਚੌਧਰੀ ਤੜਕੇ ਵਾਲੀ ਚਾਹ ਜੀ ਪੀ ਜਾਂਦਾ ਜੀ, ਅੱਧੀਆਂ ਅੱਖਾਂ ਖੁੱਲੀਆਂ ਸੀ, ਛੜੂਕਾ ਜਿਹਾ ਮਾਰ ਕੇ ਕਹਿੰਦਾ ਆ ਕਿੱਥੇ ਖੜਾ ਵਾ, ਕੱਚੀ ਲੱਸੀ ਜੀ ਚ, ਕੱਚੀ ਲੱਸੀ ਤਾਂ ਪਤਾ ਨਹੀਂ ਡੈਡੀ ਤੂੰ ਲੱਸੀ ਜ਼ਰੂਰ ਕਰਤੀ ਮੇਰੀ ਤਾਂ ਸੁਣੇ ਨਾ, ਮਗਰ ਗੰਡੋਲੇ ਜਿਹਾ ਚੱਲਦੇ ਨੇ ਇਹਨਾਂ ਨੂੰ ਕਰੀ ਜਾਵੇ, ਕਹਿੰਦਾ ਚੰਡੋਲ ਜਿਹਾ ਵੀ ਚੱਲੀ ਜਾਂਦੇ ਨੇ, ਉਹ ਲੱਸੀ ਲੁੱਸੀ ਚੜ੍ਹਦੀ ਹੋ ਗੋਰਿਆਂ ਦਾ ਮੇਲਾ ਮੂਲਾ। ਹਾਂ ਡੈਡੀ ਉਰੇ ਬਰਫ ਕੱਢਣ ਆਉਂਦੇ ਨੇ ਗੋਰੇ ਮਿੱਟੀ ਵਾਂਗੂ। ਮੈਂ ਤਾਂ ਨਾਲ ਦੀ ਨਾਲ ਹੀ ਕੱਟਤਾ ਹਾਰ ਕੇ, ਮੈਂ ਕਿਹਾ ਯਾਰ ਮਸਾਂ ਮਾਹੌਲ ਜਿਹਾ ਬਣਦਾ, ਇਹ ਤਾਂ ਮਾਹੌਲ ਤੇ ਗਦਰ ਵਾਲਾ ਟਰੱਕ ਹੀ ਚਾੜ ਦਿੰਦਾ ਸਾਡੇ ਵਾਲਾ ਤਾਰਾ। ਆਪਣਾ ਵੀ ਕਸੂਰ ਨਹੀਂ ਬਾਈ, ਇੰਨੀ ਬਰਫ ਆਪਾਂ ਇਕੱਠੀ ਦੇਖੀ ਕਿੱਥੇ ਹੈ, ਸਾਤੋਂ ਤਾਂ ਫਰਿੱਜ ਦਾ ਤਾਂਹੜਲਾ ਖਾਨਾ ਖੁੱਲ੍ਹਾ ਰਹਿ ਜੇ, ਬੁੜੀਆਂ ਐਂ ਰੌਲਾ ਚੱਕ ਦਿੰਦੀਆਂ ਨੇ ਜਿਵੇਂ ਹਵਾ ਲਾਦ ਜੋ ਲਦੇਨ ਭਜਾਤਾ ਹੁੰਦਾ। ਫਿਰ ਮੈਂ ਇੱਥੇ ਜੇ ਆ ਕੇ ਮੇਰੇ ਜਿਗਰੀ ਯਾਰ ਜੋਤੀ ਨੂੰ ਲਾਇਆ ਫੇਸ ਟਾਈਮ, ਮੈਂ ਕਿਹਾ ਦੇਖ ਓਏ ਐਂ ਘੁੰਮ ਕੇ ਜੇ ਕਿਹਾ, ਕਹਿੰਦਾ ਆਹ ਥਾਂ ਕ ਥਾਂ ਪਹਾੜਾਂ ਜਾਂ ਨੂੰ ਉੱਲੀ ਲੱਗੀ ਪਈ ਆ। ਇਹ ਨੇ ਜੀ ਮੇਰੇ ਐਮਫਲ ਸਰਕਲ, ਉਹ ਭਰਾਵਾ ਅਸਲੀ ਬਰਫ ਹੈ, ਆ ਦੇਖ ਲਈ ਟੁੱਟਦੀ। ਲੈ ਮੈਂ ਤਾਂ ਫਿਰ ਆਪਦੇ ਗਰੁੱਪ ਦਾ ਪਹਿਲਾ ਮੁੰਡਾ ਬਣ ਗਿਆ ਜਿਹਦੀ ਜਰਨੀ ਅੱਖ 'ਚ ਮਛਰੀ ਪੈਣ ਤੋਂ ਅੱਖ 'ਚ ਸਨੋਹ ਪੈਣ ਤੱਕ ਦੀ ਆ। ਥੋੜਾ ਜੂਮ ਕਰਕੇ ਰੱਬ ਜੀ ਵੱਡਾ ਡਾਲਾ ਕੱਲ ਸਾਨੂੰ ਘਰਾਂ 'ਚ ਲੈ ਕੇ ਗਿਆ, ਕਹਿੰਦਾ ਆਪਾਂ ਫਲੱਡ ਵਾਰਨਿੰਗ ਕਰਨੀ ਆ ਵੀ ਲੋਕਾਂ ਨੂੰ ਘਰ ਛੱਡਣੇ ਪੈਣੇ ਨੇ। ਜਦੋਂ ਲੋਕ ਘਰ ਛੱਡ ਕੇ ਜਾ ਰਹੇ ਸੀ ਮੈਨੂੰ ਕਹਿੰਦਾ ਦੇਖ ਇਹ ਹੁੰਦੀ ਆ ਅਲਰਟ, ਲੋਕ ਡਰਦੇ ਪਹਿਲੀ ਵਾਰ ਕਹਿਣ ਤੀ ਤੁਰ ਪੇ ਨਾ ਕਰੋ, ਕਹਿੰਦਾ ਇੱਕ ਤੁਹਾਡੀ ਤੂੰ ਵੀਡੀਓ ਦਿਖਾ ਰਿਹਾ ਸੀ ਤੁਹਾਡੇ ਲੋਕ ਪਾਣੀ 'ਚੋਂ ਹਿੱਲਣ ਦਾ ਨਾਂ ਹੀ ਨਹੀਂ ਲੈ ਰਹੇ। ਮੈਂ ਕਿਹਾ ਗੋਰੇ ਤੈਨੂੰ ਇਹ ਨਸਲਾਂ ਬਾਰੇ ਕੀ ਦੱਸੀਏ, ਇਹ ਤਾਂ ਜਦੋਂ ਕਿਤੇ ਗੋਲੀ ਚੱਲ ਜੇ ਨਾ ਜਿੱਧਰੋਂ ਗੋਲੀ ਚੱਲੀ ਹੁੰਦੀ ਆ ਉੱਧਰ ਨੂੰ ਭੱਜਦੇ ਨੇ ਵੀ ਦੇਖੀਏ ਕਿਹੜਾ ਹੋਏ। ਫਿਰ ਕਹਿੰਦਾ ਮਾਈਟ ਵੀ ਦੇ ਹੈਵ ਗੁੱਡ ਇਨਸ਼ੋਰੈਂਸਿਸ, ਕਹਿੰਦਾ ਤਾਂ ਹੀ ਤਾਂ ਇੰਨੇ ਰਿਲੈਕਸ ਤੁਰ ਫਿਰ ਰਹੇ ਨੇ, ਕਹਿੰਦਾ ਇਹਨਾਂ ਦੇ ਘਰਾਂ ਦੀਆਂ ਇਨਸ਼ੋਰੈਂਸਾਂ ਵਧੀਆ ਹੋਣਗੀਆਂ। ਮੈਂ ਕਿਹਾ ਇਹਨਾਂ ਦੀਆਂ ਇਨਸ਼ੋਰੈਂਸਾਂ ਤਾਂ ਤਗੜਿਆਂ ਦੀਆਂ ਬਾਜਾਂ ਵਾਲੇ ਕੋਲ ਹੀ ਨੇ, ਇਹ ਇਨਸ਼ੋਰੈਂਸਾਂ ਸਿਰ ਤੇ ਨਹੀਂ ਗੋਰੇ ਬਾਈ, ਇਹ ਤਾਂ ਨਿਸ਼ਾਨ ਸਾਹਿਬ ਸਿਰ ਤੇ ਉੱਡੇ ਫਿਰਦੇ ਨੇ, ਖੀਸੇ ਭਾਵੇਂ ਖਾਲੀ ਹੋਣ। ਫਿਰ ਮੈਂ ਉਹਨੂੰ ਟਕਾ ਕੇ ਗੱਲ ਸਮਝਾਈ, ਮੈਂ ਕਿਹਾ ਇੱਕ ਘਰੇ ਕਿਸੇ ਨੇ ਗੇਟ ਖੜਕਾਇਆ ਸੀ ਰੋਟੀ ਲੈ ਕੇ ਗਿਆ ਸੀ, ਉਹਨਾਂ ਦੀਆਂ ਬੁੜੀਆਂ ਗੇਟ ਖੋਲ ਕੇ ਕਹਿੰਦੀਆਂ ਭਾਈ ਸਾਡੇ ਬੰਦੇ ਤਾਂ ਆਪ ਗਾਹਾਂ ਸ਼ਹਿਰ 'ਚ ਲੰਗਰ ਲੈ ਕੇ ਗਏ ਨੇ। ਬਸ ਮੈਂ ਕਿਹਾ ਬਾਈ ਇੰਨਾ ਕੀ ਫਰਕ ਹੈ, ਤੁਹਾਡੇ ਜਦੋਂ ਵਾਰਨਿੰਗ ਆਉਂਦੀ ਆ ਹੂਟਰ ਵੱਜਦੇ ਨੇ, ਸਾਡੇ ਜਦੋਂ ਕਿਤੇ ਵਾਰਨਿੰਗ ਆ ਜੇ ਪਹਿਲਾ ਬੋਲ ਇਹੀ ਆਉਂਦਾ ਪ੍ਰਸ਼ਾਦਾ ਵਾਹਿਗੁਰੂ। ਸਾਡੇ ਲੋਕਾਂ ਦੇ ਬੰਦੋਬਸਤ ਜੇ ਦੇਖ ਕੇ ਅਕਸਰ ਹੀ ਇੱਕ ਸਵਾਲ ਜਿਹਾ ਉੱਠਦਾ ਹੁੰਦਾ ਵੀ ਇਹਨਾਂ ਨੂੰ ਫੰਡਿੰਗ ਕਿੱਥੋਂ ਹੁੰਦੀ ਹੈ, ਉਹ ਲੋਕਾਂ ਨੂੰ ਦੱਸ ਦਈਏ ਵੀ ਜਦੋਂ ਸਾਡੇ ਗੁਰੂ ਘਰੋਂ ਪਾਠੀ ਸਿੰਘ ਹੋਕਾ ਦਿੰਦਾ ਨਾ, ਹਰੇਕ ਬੰਦਾ ਸਭੈਕ ਹੀ ਸਿਰ ਤੋਂ ਪਰਨਾ ਝਾੜ ਕੇ ਦੁਬਾਰੇ ਬੰਨ ਲੈਂਦਾ ਹੁੰਦਾ ਵੀ ਪਿੰਡੋਂ ਕਿਸੇ ਪਾਸੇ ਅਬੀ ਨਬੀ ਨਾ ਹੋ ਗਈ ਹੋਵੇ, ਕਿਤੇ ਨਿਕਲਣਾ ਹੀ ਪੈ ਜੇ ਕਿਸੇ ਪਾਸੇ ਨੂੰ। ਫਿਰ ਜਦੋਂ ਗੁਰੂ ਘਰ ਅਖੰਡ ਪਾਠ ਪ੍ਰਕਾਸ਼ ਹੁੰਦਾ ਉੱਥੇ ਕੋਈ ਪੱਕੀ ਨੌਕਰੀ ਵਰਗੀ ਡਿਊਟੀ ਥੋੜ੍ਹੀ ਲੱਗਦੀ ਹੈ, ਬਸ ਦੇਗਾਂ ਦੇ ਪ੍ਰਸ਼ਾਦੇ ਪੱਕ ਵੀ ਜਾਂਦੇ ਨੇ ਅਤੇ ਵਰਤ ਵੀ, ਕੜਾਈਆਂ ਥਾਲ ਮਾਂਜੇ ਵੀ ਜਾਂਦੇ ਨੇ ਅਤੇ ਸਾਂਭੇ ਵੀ। ਪਿੰਡ 'ਚ ਜੇ ਕਿਸੇ ਘਰੇ ਕੁੜੀ ਦਾ ਵਿਆਹ ਹੁੰਦਾ, ਸਾਡੇ ਦੁੱਧ ਵਾਲੇ ਡੋਲੂ ਕੇਨੀਆਂ ਦੇ ਮੂੰਹ ਸਭੈਕੀ ਟੈਂਟ ਕੰਨੀ ਨੂੰ ਹੋ ਜਾਂਦੇ ਨੇ, ਉੱਥੇ ਕੋਈ ਧੱਕਾ ਥੋੜ੍ਹੀ ਕਰਦਾ ਹੁੰਦਾ ਵੀ ਫੜਾ ਕੇ ਜਾਣਾ ਪਊ, ਨਾ ਨਾ ਇਹ ਆਪਦੇ ਆਪ ਹੀ ਤੁਰ ਪੈਂਦੇ ਨੇ। ਇਹ ਤਾਂ ਮੋਟਰ ਕੋਲ ਮਿੱਠੇ ਚੌਲਾਂ ਦੀ ਕੜਾਹੀ ਰੱਖ ਕੇ ਫਸਲਾਂ ਮਿੱਠੀਆਂ ਕਰਨ ਵਾਲੇ ਲੋਕ ਨੇ, ਇਹਨਾਂ ਨੂੰ ਕੋਈ ਕੁਛ ਮਰਜ਼ੀ ਕਹੀ ਜਾਵੇ ਇਹਨਾਂ ਨੇ ਸੁਭਾਅ ਨਹੀਂ ਛੱਡਣੇ ਬਾਬਰਿਆਂ ਨੇ। ਅੱਜ ਇੱਕ ਬਾਈ ਨੇ ਹੜਾਂ ਦੀ ਵੀਡੀਓ ਦਿਖਾਈ ਤਾਂ ਆਪਣੇ ਲੋਕ ਉਹਨੂੰ ਬੰਨ ਮਾਰੀ ਜਾਂਦੇ ਸੀ, ਉਹ ਵੀਡੀਓ ਦੇਖ ਕੇ ਸੁਭਾਅ ਕੇ ਮੂੰਹੋਂ ਨਿਕਲ ਗਿਆ ਵੀ ਇਹ ਲੋਕਾਂ ਦੇ ਕਦੇ ਇੱਕ ਹੜ ਨਹੀਂ ਜਿੱਦਣੇ ਆਏ ਇਕੱਠੇ ਦੋ ਹੜ ਆਉਣਗੇ। ਉਹਨੇ ਵੀ ਸੁਭਾਅ ਕੇ ਪੁੱਛ ਲਿਆ, ਕਹਿੰਦਾ ਉਹ ਕਿਵੇਂ? ਮੈਂ ਕਿਹਾ ਇੱਕ ਤਾਂ ਪਾਣੀ ਵਾਲਾ ਆਇਆ ਵਿਆ ਅਤੇ ਦੂਜਾ ਆਲੇ ਦੁਆਲੇ ਦੇਖ ਸੇਵਾਦਾਰਾਂ ਦਾ, ਸਭ ਦੀ ਛੱਤ ਮੱਤ ਰਾਜੀ ਰੱਖੀ ਮੇਰਿਆ ਮਾਲਕਾ, ਜਲਦੀ ਹੱਸਦਾ ਵੱਸਦਾ ਕਰ ਦੇ, ਤੇਰੇ ਨਾਂ 'ਤੇ ਹੀ ਵੱਸਦਾ ਇਹ ਤਾਂ ਪੰਜਾਬ ਪੰਜਾਬੀਆਂ ਦਾ। ਤਾਂ ਹੀ ਤਾਂ ਤਰੀਕੇ ਵੀ ਵਾਲੇ ਨੈਕਸਟ ਲੈਵਲ ਨੇ। ਇੱਕ ਵੀਡੀਓ 'ਚ ਨਾ ਮਹਾਰਾਜੇ ਪਟਿਆਲੇ ਦੀ ਕੁੜੀ ਪਾਣੀ 'ਚ ਉਤਰੀ ਵੀ ਆ, ਬੋਤਲਾਂ ਚੱਕ ਕੇ ਨਾਲ ਤੁਰ ਰਹੀ ਆ, ਉਹਨੂੰ ਇੱਕ ਥੱਲੇ ਕਰੀ ਜਾਂਦਾ, ਕਹਿੰਦਾ ਤੁਹਾਨੂੰ ਹਰ ਪਾਸੇ ਲਾਈਕ ਵਿਊ ਲੈਣ ਦੀ ਹੁੰਦੀ ਆ ਵੀ ਕਿਸੇ ਲੋੜ ਸਾਡਾ ਚੈਨਲ ਮੋਨੋਟਾਈਜ਼ ਹੋਵੇ ਤਾਂ ਸਾਨੂੰ ਪੈਸੇ ਆਉਣ ਇੱਧਰੋਂ ਵੀ। ਆਹੋ ਕੈਪਟਨ ਕੇ ਘਰੇ ਤਾਂ ਫੇਰ ਹੀ ਰੋਟੀ ਪੱਕੂ ਹਨਾ ਵਾ ਜਦੋਂ ਸਿਲਵਰ ਬਟਨ ਆ ਗਿਆ, ਉਹ ਤਗੜਾ ਮੂਹਰੇ ਬੰਦਾ ਦਾ ਦੇਖ ਲਾ ਕੌਣ ਆ, ਉਹ ਖੜੀ ਖੜੀ ਯੂਟਿਊਬ ਖਰੀਦ ਦੂ। ਫਿਰ ਇੱਕ ਉਹ ਜਿਹੜੇ MLA ਦੀਆਂ ਫੋਟੋਆਂ ਵਾਲੀਆਂ ਵਾਇਰਲ ਹੋਈਆਂ ਨੇ ਉਹਨੂੰ ਇੱਕ ਥੱਲੇ ਲਿਖੀ ਜਾਂਦਾ, ਕਹਿੰਦਾ ਦੁਨੀਆ ਡੁੱਬ ਰਹੀ ਆ ਤੈਨੂੰ ਪ੍ਰੀ ਵੈਡਿੰਗ ਦੀ ਪਈ ਆ। ਉਹ ਭਰਾਵਾ ਪ੍ਰੀ ਵੈਡ ਆਪਦੀ ਤੀਵੀਂ ਨਾਲ ਹੁੰਦਾ, ਕੱਛੂ ਪਾਥੀਆਂ ਨਾਲ ਥੋੜ੍ਹੀ। ਫਿਰ ਇੱਕ ਹੋਰ ਲਾਈਵ ਹੋ ਕੇ ਕਹੀ ਜਾਵੇ, ਕਹਿੰਦਾ ਉੱਧਰ ਦੁਨੀਆ ਮਰ ਰਹੀ ਆ, ਇੱਧਰ ਖਾਲਸਾ ਏਡ ਵਾਲੇ ਰਾਮ ਨਾਲ ਆਹ ਬੈਠੇ ਨੇ, ਆਹ ਦੇਖੋ ਆਹ ਦੇਖੋ, ਇਹਨਾਂ ਨੂੰ ਜਾਣਾ ਚਾਹੀਦਾ। 2 ਮਿੰਟ ਬੋਲੀ ਗਿਆ, ਫਿਰ ਉਹਨਾਂ 'ਚੋਂ ਇੱਕ ਮੁੰਡਾ ਉੱਠ ਕੇ ਆਇਆ, ਉਹ ਕਹਿੰਦਾ ਭਰਾਵਾ ਸਾਡੀਆਂ ਜਾਗਟਾਂ ਦੇਖ ਕੇ ਨਾ ਕਹੀ ਜਾ, ਅਸੀਂ ਤਾਂ ਇੱਥੇ ਰੋਡ ਬਣਾਉਂਦੇ ਹਾਂ। ਉਹ ਬੰਦਾ ਦਾ ਦੇਖ ਲਿਆ ਕਰੋ ਮੂਹਰਾ ਕਿਹੜਾ, ਕਿ ਜਾਗਟਾਂ ਵਾਲੇ ਸਾਰੇ ਖਾਲਸਾ ਏਡ ਵਾਲੀ ਨੇ। ਫਿਰ ਇੱਕ ਵੀਡੀਓ 'ਚ ਮੁੱਖ ਮੰਤਰੀ ਪੰਜਾਬ ਪਜਾਮਾ ਜਿਹਾ ਉੱਪਰ ਚੜ੍ਹਾ ਕੇ ਪੁਲ ਤੇ ਉੱਪਰ ਚੜ੍ਹੇ ਖੜੇ ਨੇ, ਇੱਕ ਐਂ ਦਿਖਾਉਣਾ ਹੁੰਦਾ ਲੋਕਾਂ ਨੂੰ ਸਾਹਸ ਕਰਾਉਣਾ ਵੀ ਮੈਂ ਵੀ ਤੁਹਾਡੇ ਵਰਗਾ, ਇੱਕ ਥੱਲੇ ਵਿਰੋਧ ਕਰਦਾ ਕਰਦਾ ਕਹਿੰਦਾ ਦੇਖਦਾ ਕੀ ਆ ਫਿਰ, ਜਾਂ ਤਾਂ ਠੋਕ ਡਾਈ ਬਰੋਬਰ। ਉਹ ਭਰਾਵਾ ਉਹ ਸ਼ਕਤੀਮਾਨ ਹੈ।
ਆਪਣੇ ਵਰਗਾ ਬੰਦਾ ਹੀ ਆ ਜਿਹੜੇ ਹਿਸਾਬ ਨਾਲ ਆਪਾਂ ਇਹੋ ਜਿਹੇ ਟਾਈਮ ਵੀ ਇੱਕ ਦੂਜੇ ਦਾ ਵਿਰੋਧ ਕਰਨੋਂ ਨਹੀਂ ਹਟਦੇ। ਮੈਨੂੰ ਤਾਂ ਲੱਗਦਾ ਆਉਣ ਵਾਲੇ ਟਾਈਮ 'ਚ ਐਂ ਕਹਿਣਾ ਪਿਆ ਗੁਰੂ ਪੰਜਾਬੀਓ।